Oh, yeah.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਕਿ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮਹੱਲਾ ਜੋ ਕਿ ਨਿਹੰਗ ਸਿੰਘਾਂ ਦਾ ਮਹੱਲਾ ਕੱਢਿਆ ਜਾ ਰਿਹਾ, ਜਿੱਥੇ ਕਿ ਲਾਈਵ ਤਸਵੀਰਾਂ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਤੋਂ ਜੋ ਕਿ ਮਹੱਲੇ ਦੀ ਆਰੰਭਤਾ ਹੁੰਦੀ ਹੈ ਅਤੇ ਤਸਵੀਰਾਂ ਦੇ ਵਿੱਚ ਜੋ ਕਿ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਨਿਹੰਗ ਸਿੰਘ ਫੌਜਾਂ ਸ਼ਸਤਰਧਾਰੀ ਹੋ ਕੇ ਨਾਲ ਪੂਰੀਆਂ ਤਿਆਰ ਬਰ ਤਿਆਰ ਜੋ ਕਿ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਤੋਂ ਮਹੱਲਾ ਹਰੇਕ ਸਾਲ ਦੀ ਤਰ੍ਹਾਂ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਕੱਢਿਆ ਜਾਂਦਾ ਹੈ ਅਤੇ ਤਸਵੀਰਾਂ ਜੋ ਕਿ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। Oh,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੂੰ ਪਤਾ ਹੀ ਹੈ ਕਿ ਸ਼ਹੀਦੀ ਜੋੜ ਮੇਲਾ ਸਹਿਬਜ਼ਾਦਾ ਜੋਰਾਵਰ ਸਿੰਘ ਜੀ ਸਹਿਬ ਬਾਬਾ ਫਤਿਹ ਸਿੰਘ ਜੀ ਪੂਜ ਕੌਰ ਜਗਤ ਮਾਤਾ ਗੁਜਰ ਕੌਰ ਜੀ ਅੱਜ ਇਸ ਧਰਤੀ ਤੇ ਸ਼ਹੀਦ ਹੋਏ ਸੀ ਉਹਦੇ ਸੰਬੰਧ ਵਿੱਚ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਸਾਰੇ ਦਲ ਪੰਥਾਂ ਨੇ ਇਕੱਤਰ ਹੋ ਕੇ ਤੇ ਅੱਜ ਉਸ ਧਰਤੀ ਤੇ ਠੰਡੇ ਬੁਰਜ ਦੇ ਕੋਲ ਗੁਰੂ ਕੀਆਂ ਲਾਡਲੀਆਂ ਫੌਜਾਂ ਤਖਤ ਤੇ ਖੜੀਆਂ ਨੇ ਜਿੱਥੇ ਵਜੀਦੇ ਖਾਨ ਨੂੰ ਬੰਦਾ ਸਿੰਘ ਬਹਾਦਰ ਨੇ ਘੋੜੇ ਦੇ ਮਗਰ ਪਾ ਕੇ ਉਹਦੀਆਂ ਲੱਤਾਂ ਨੂੰ ਬੰਨ ਕੇ ਤੇ ਇਸ ਧਰਤੀ ਤੇ ਘੜੀਸਿਆ ਅੱਜ ਉਸ ਧਰਤੀ ਨੂੰ ਜਿਸ ਨੂੰ ਫਤਿਹਗੜ੍ਹ ਸਾਹਿਬ ਦਾ ਖਿਤਾਬ ਦਿੱਤਾ ਜਾਂਦਾ ਹੈ ਤੇ ਬਾਬਾ ਫਤਿਹ ਸਿੰਘ ਜੀ ਨੇ ਤੇ ਉਹਦਾ ਨਾਂ ਸੀ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਨਾਂ ਤੇ ਇਹ ਵਸਿਆ ਤੇ ਇੱਥੇ ਸ਼ਹੀਦੀ ਪ੍ਰਾਪਤ ਕੀਤੀ ਹੈ ਉਹਨਾਂ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪਾਂ ਅੰਮ੍ਰਿਤ ਛਕੀਏ ਸਿੰਘ ਸਜੀਏ ਜੋਰਾਵਰ ਤੇ ਬਾਬਾ ਫਤਿਹ ਸਿੰਘ ਦੇ ਸਿੰਘ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘੋੜੇ ਬੜੀ ਤੇਜ਼ ਆਉਂਦੇ ਪਿੱਛੇ ਅੱਜ ਨਿਹੰਗ ਸਿੰਘ ਵੱਲੋਂ ਮਹੱਲਾ ਕੱਢੇ ਜਾ ਰਹੇ ਤੇ ਮਹੱਲੇ ਦੇ ਵਿੱਚ ਦਲ ਪੰਥਾਂ ਵੱਲੋਂ ਇਸ ਮਹੱਲੇ ਦੀ ਅਗਵਾਈ ਕੀਤੀ ਜਾਂਦੀ ਹੈ ਤੇ ਸਾਡੇ ਪਿੱਛੇ ਬਾਬਾ ਕੁਲਵਿੰਦਰ ਸਿੰਘ ਜੀ ਜੋ ਕਿ ਚੌਂਤਾ ਕਲਾ ਚਮਕੌਰ ਸਾਹਿਬ ਵਾਲੇ ਜੋ ਕਿ ਹਰੇਕ ਸਾਲ ਦੀ ਤਰ੍ਹਾਂ ਆਪਣੇ ਦਲ ਪੰਥ ਨਾਲ ਇਸ ਮਹੱਲੇ ਦੇ ਵਿੱਚ ਵੱਧ ਚੜ ਕੇ ਸਿੰਘਾਂ ਦੇ ਨਾਲ ਅਗਵਾਈ ਕਰਦੇ ਨੇ ਤੇ ਦੇਖ ਸਕਦੇ ਹੋ ਵੀ ਇਸ ਵਕਤ ਜੋ ਮਹੱਲਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਪਹੁੰਚ ਚੁੱਕਿਆ ਸੀ। ਥੋੜ੍ਹੀ ਹੀ ਦੇਰ ਦੇ ਵਿੱਚ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੋ ਕਿ ਸਟੇਡੀਅਮ ਬਣਿਆ ਉੱਥੇ ਨਿਹੰਗ ਸਿੰਘਾਂ ਵੱਲੋਂ ਘੋੜ ਸਵਾਰੀ ਕੀਤੀ ਜਾਊਗੀ ਤੇ ਚਾਰ ਚਾਰ ਘੋੜਿਆਂ ਦੇ ਉੱਪਰ ਤਿਆਰ ਹੋ ਕੇ ਨਿਹੰਗ ਸਿੰਘ ਘੋੜ ਸਵਾਰੀ ਕਰਨਗੇ। ਸੋ ਲਾਈਵ ਤਸਵੀਰਾਂ ਇਸ ਮਹੱਲੇ ਦੀਆਂ ਜੋ ਕਿ ਤੁਸੀਂ ਚੈਨਲ ਦੇ ਉੱਪਰ ਦੇਖ ਰਹੇ ਹੋ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਦੇ ਰਹੋ।
ਦੇਖ ਰਹੇ ਹੋ ਪੂਰਾ ਜਲ ਜਲਾਲ ਚੜ੍ਹਦੀ ਕਲਾ ਦਾ ਪ੍ਰਤੀਕ ਮਹੱਲਾ
ਹੋਰ ਦੌੜ ਜਿਹੜੀ ਜਾਰੀ ਹੈ ਉਸ ਦੇ ਪਾਸੇ ਬਾਬਾ ਜੀ ਬਾਬਾ ਗੱਗਨ ਸੋ ਨਵਾਬ ਸ਼ੇਰ ਮੁਹੰਮਦ ਜੀ ਸੋ ਸਮੁੱਚਾ ਖਾਲਸਾ ਪੰਥ ਉਹਨਾਂ ਨੂੰ ਹਮੇਸ਼ਾ ਹੀ ਯਾਦ ਕਰਦਾ ਹੈ ਡਾਕਟਰ ਮੱਲ ਜੀ ਉਹਨਾਂ ਨੂੰ ਵੀ ਸਮੁੱਚਾ ਮੋਤੀ ਰਾਮ ਮਹਿਰਾ ਜੀ ਜਿਨ੍ਹਾਂ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨਾਲ ਸੋ ਕੁਝ ਗਦਾਰ ਲੋਕਾਂ ਦੇ ਨਾਲ ਲੜਦਿਆਂ ਹੋਇਆ ਜਿਹੜੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੋ ਗੁਰੂ ਦੇ ਪਿਆਰੇ ਉਹ ਸਾਜਿਆ ਨਵਾਜਿਆ ਖਾਲਸਾ ਪੰਥ ਬੁੱਢਾ ਦਲ ਅੱਜ ਫਤਿਹਗੜ੍ਹ ਸਾਹਿਬ ਜੀ ਦੀ ਪੰਥਾਂ ਨੂੰ ਤਖ਼ਤਾਂ ਦੁਆਰਾ ਜਿਹੜਾ ਨਿਹਾਲ ਕਰਨਗੇ ਰਹਿ ਕਰਕੇ ਧੜਿਆਂ ਦੀ ਸੇਵਾ ਕਰਦੇ ਨੇ ਦਲਾਂ ਪੰਥਾਂ ਦੇ ਵਿੱਚ ਰਹਿ ਕਰਕੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਆਪ ਜੀ ਦੇਖ ਰਹੇ ਹੋ ਵੇਖੋ ਹਵਾ ਨਾਲ ਗੱਲਾਂ ਕਰਦੇ ਹੋ ਚਾਰ ਚਾਰ ਛੇ ਛੇ ਅੱਠ ਅੱਠ ਧੋੜੇ ਭੱਜ ਰਹੇ ਨੇ ਸੋ ਬਹੁਤ ਹੀ ਸਤਿਕਾਰਯੋਗ ਬਾਬਾ ਜੋਗਾ ਸਿੰਘ ਜੀ ਗੱਤਕੇ ਦੇ ਮਹਾਨ ਮਾਸਟਰ ਜੀ ਉਹ ਵੀ ਪਹੁੰਚੇ ਨੇ ਸੋ ਬਾਬਾ ਗੱਗਨ ਸਿੰਘ ਸਾਹਿਬ ਜੀ ਦੀ ਕਰਨਾ ਨਾਲ ਬਾਬਾ ਬਕਾਲਾ ਸਾਹਿਬ ਉਹਨਾਂ ਵੱਲੋਂ ਭਾਈ ਬੰਦਾ ਸਿੰਘ ਤੇ ਭਾਈ ਨਿਸ਼ਾਨ ਸਿੰਘ ਚਾਰ ਚਾਰ ਛੇ ਛੇ ਧੋੜਿਆਂ ਦੀ ਇਕੱਠੀ ਦੌੜ ਮੈਂ ਬੇਨਤੀ ਕਰਾਂਗਾ ਬਚੰਗੀ ਨੂੰ ਹੱਥ ਜੀ ਨੂੰ ਕਵਿਤਾ ਦਵਾਈ ਸਾਹਿਬ ਸਿੰਘ ਜੀ ਗੁਰੂ ਦੇ ਨਿਸ਼ਾਨ ਨਗਾਰੇ ਲੈ ਕੇ ਹਾਜ਼ਰ ਹੋਏ ਨੇ ਗੁਰੂ ਦੇ ਨਿਸ਼ਾਨਾਂ ਦੇ ਗੁਰੂ ਕੇ ਨਗਾਰਿਆਂ ਦੀ ਤਾਬਿਆ ਜਿਹੜਾ ਪਹਿਲਾ ਜਥੇਦਾਰ ਆਪਿਆ ਨਿਹੰਗ ਨੂੰ ਦੂਜਾ ਜਥੇਦਾਰ ਭਾਰ ਨਾਮ ਸਿੰਘ ਦਰਬਾਰ ਜੀ ਦੀ ਆਪਿਆ ਬੰਤ ਸਾਰਾ ਝੂਲ ਦੇ ਪੂਰੇ ਚੜ੍ਹਦੀ ਕਲਾ ਦੇ ਨਾਲ ਆਪ ਜੀ ਦੇਖ ਰਹੇ ਹੋ ਜਿਹੜਾ ਮਹੱਲਾ ਸਜਾਇਆ ਜਾ ਰਿਹਾ ਮੈਂ ਬੇਨਤੀ ਕਰਾਂਗਾ ਭਾਈ ਸੁਖਦੀਪ ਸਿੰਘ ਜੀ ਇਹਨਾਂ ਕਵਿਤਾ ਦੁਆਰਾ ਜਿਹੜੀ ਕਿ ਬੁੱਢਾ ਦਲ ਦੇ 14 ਜਥੇਦਾਰਾਂ ਤੋਂ ਜਿਹੜੀ ਇਹਨਾਂ ਨੇ ਕਵਿਤਾ ਬਤਾ ਸ਼ਾਨ ਹੈ ਕਿਤੇ ਕਈ ਪੰਜਾਬ ਵਿੱਚ ਕੰਮ ਸ਼ਾਨ ਹੈ ਚੌਥਾ ਬਣਿਆ ਜਥੇਦਾਰ ਕਿਸਾ ਦੇ ਤਹਾ ਹਜ਼ਾਰ ਮਾਰੇ ਪੈਰੀ ਕਈ ਹਜ਼ਾਰ ਜਿੰਨਾ ਨਾਲ ਬਲੀ ਸਿੰਘ ਬਲੀ ਭਾਰੇ ਜਿੰਨਾ ਬਹੁਤ ਤੁਰਕ ਮਾਰ ਕਈ ਯੋਧਾ ਦਾ ਨਵਾਰ ਹੈ ਜੀ ਉਹਦੇ ਸਮੇਤ ਆਪਣੇ ਤੌਰ ਤੇ ਘਰਾਂ ਦੇ ਵਿੱਚ
ਜੋ ਕਿ ਸ੍ਰੀ ਫਤਿਹਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਦਾ ਆਖਰੀ ਦਿਨ ਹੈ ਜਿੱਥੇ ਕਿ ਆਖਰੀ ਦਿਨ ਵਾਲੇ ਦਿਨ ਮਹੱਲਾ ਕੱਢਿਆ ਜਾਂਦਾ ਨੈਕ ਸਿੰਘ ਜਥੇਬੰਦੀਆਂ ਵੱਲੋਂ ਉੱਥੇ ਹੀ ਕੋਟ ਸਵਾਰੀ ਕੀਤੀ ਜਾਂਦੀ ਹੈ ਤੇ ਅੱਜ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਦਲਪੰਥ ਜੋ ਕਿ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਚੌਂਤਾ ਕਲਾਂ ਵਾਲੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਘੋੜੇ ਦੇ ਉੱਪਰ ਤਨਾਤ ਨੇ ਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਸਾਧ ਸੰਗਤ ਨੂੰ ਸਮੁੱਚੀ ਕੌਮ ਨੂੰ ਪਤਾ ਹੈ ਕਿ ਜੋ ਕਿ ਧੰਨ ਧੰਨ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜਿੰਨੇ ਵੀ ਸਰਹੰਦ ਦੇ ਸ਼ਹੀਦ ਉਹਨਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਸਮੁੱਚੇ ਖਾਲਸਾ ਪੰਥ ਵੱਲੋਂ ਸਾਧ ਸੰਗਤ ਵੱਲੋਂ ਜੋ ਕਿ ਪੂਰੇ ਜਾਹੋ ਜਲਾਲ ਦੇ ਨਾਲ ਅੱਜ ਮਹੱਲਾ ਕੱਢਿਆ ਗਿਆ ਹੈ ਜਿੱਥੇ ਕਿ ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ 'ਚ ਸ਼ਸਤਰ ਵਿੱਦਿਆ ਦੇ ਅਖਾੜੇ ਘੋੜਸਵਾਰੀ ਨੇਜੇਬਾਜ਼ੀ ਜਿਹੜਾ ਕਿ ਖਾਲਸੇ ਦੀ ਮਰਯਾਦਾ ਚੱਲਦੀ ਆ ਰਹੀ ਸ਼ੁਰੂ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿਧਾਂਤ ਕਿ ਜਾਹੋ ਜਲਾਲ ਦੇ ਨਾਲ ਖਾਲਸਾ ਪੰਥ ਮਹੱਲੇ ਕੱਢਦਾ ਹੈ ਉਸੇ ਤਰ੍ਹਾਂ ਹੀ ਖਾਲਸਾ ਪੰਥ ਨੇ ਅੱਜ ਸਾਹਿਬਜ਼ਾਦਿਆਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਧੰਨ ਧੰਨ ਮਾਤਾ ਗੁਜਰ ਕੌਰ ਦੀ ਇਸ ਤਰ੍ਹਾਂ ਹੀ ਚਮਕੌਰ ਦੀ ਗੜੀ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਹੋਰ ਚਮਕੌਰ ਗੜੀ ਦੇ ਜਿੰਨੇ ਵੀ ਸ਼ਹੀਦ ਉੱਥੇ ਵੀ ਖਾਲਸਾ ਪੰਥ 23 ਤਰੀਕ ਨੂੰ ਪੂਰੇ ਜਾਹੋ ਜਲਾਲਾ ਮਹੱਲਾ ਕੱਢ ਕੇ ਫਿਰ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਅੱਜ ਖਾਲਸਾ ਪੰਥ ਵੱਲੋਂ ਸਮੁੱਚੀ ਸੰਗਤ ਵੱਲੋਂ ਸਮੁੱਚੀ ਕੌਮ ਵੱਲੋਂ ਬੜੇ ਜਾਹੋ ਜਲਾਲਾ ਮਹੱਲਾ ਕੱਢਿਆ ਗਿਆ ਜਿੱਥੇ ਕਿ ਸਾਹਿਬਜ਼ਾਦਿਆਂ ਦਾ ਜੋੜ ਮੇਲਾ ਮਨਾਇਆ ਉੱਥੇ ਹੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਨਾਲ ਹੀ ਸੰਗਤ ਨੂੰ ਲੱਖ ਲੱਖ ਉਹਦੀ ਵੀ ਵਧਾਈ ਹੋਵੇ ਬਾਕੀ ਸਾਰੀ ਸਾਧ ਸੰਗਤ ਨੂੰ ਸਮੁੱਚੀ ਕੌਮ ਨੂੰ ਇਹੀ ਕਹਿਣਾ ਚਾਹੁੰਦੇ ਵੀ ਅਸੀਂ ਅੰਮ੍ਰਿਤ ਛਕੀਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤ ਧੀਆ ਬਣੀਏ ਨਾ ਕਿ ਅਸੀਂ ਦੂਜਿਆਂ ਧਰਮਾਂ ਦੇ ਵਿੱਚ ਜਾ ਕੇ ਆਪਣਾ ਧਰਮ ਨਸ਼ਟ ਕਰੀਏ ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਹਾਨ ਕੁਰਬਾਨੀ ਨੂੰ ਉਹਨਾਂ ਦੇ ਬੱਚਿਆਂ ਦੀ ਕੁਰਬਾਨੀ ਨੂੰ ਫਤਿਹ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਨੂੰ ਮੁੱਖ ਰੱਖਦੇ ਹੋਏ ਭਾਈ ਤਾਰੂ ਸਿੰਘ ਵਰਗੇ ਜਿਨ੍ਹਾਂ ਨੇ ਬੰਦ ਬੰਦ ਕਟਵਾ ਤੇ ਇਸ ਕਰਕੇ ਸਾਨੂੰ ਬਾਈ ਮਣੀ ਸਿੰਘ ਜੀ ਦੇਖੋ ਜਿਨ੍ਹਾਂ ਨੇ ਬੰਦ ਬੰਦ ਕਟਵਾਏ ਭਾਈ ਤਾਰੂ ਸਿੰਘ ਨੇ ਖੋਪੜੀ ਲਵਾਈ ਸਾਨੂੰ ਉਹਨਾਂ ਨੂੰ ਯਾਦ ਕਰਕੇ ਸਾਨੂੰ ਦੂਜੇ ਧਰਮਾਂ ਨੂੰ ਛੱਡ ਕੇ ਜਿਹੜਾ ਕ੍ਰਿਸਮਸ ਲੋਕਾਂ ਦਾ ਤਿਉਹਾਰ ਹੈ ਉਹ ਮਨਾਉਣ ਉਹਨਾਂ ਨੇ ਬੜੀ ਖੁਸ਼ੀ ਦੀ ਗੱਲ ਆ ਪਰ ਖਾਲਸਾ ਪੰਥ ਸਮੁੱਚੀ ਕੌਮ ਜਿਹੜਾ ਵੀ ਮਨਾਉਂਦਾ ਹੈ ਸਾਡਾ ਪਿਓ ਇੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੈ ਨਾ ਕਿ ਅਸੀਂ ਥਾਂ ਥਾਂ ਨੂੰ ਪਿਓ ਬਣਾਉਂਦੇ ਪਰੀ ਹਰਕ ਨੂੰ ਇਸ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਅਤੇ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਸਾਨੂੰ ਕਿਸੇ ਨੇ ਵੀ ਖਾਲਸਾ ਪੰਥ ਨੂੰ ਸਿੱਖ ਕੌਮ ਨੂੰ ਮੰਨਣ ਦਾ ਕੋਈ ਹੱਕ ਨਹੀਂ ਬਾਕੀ ਧਰਮਾਂ ਸਾਰਿਆਂ ਦਾ ਸਰਕਾਰ ਹੈ ਪਰ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਹੀ ਸਮਰਪਿਤ ਹੈ ਸਾਰੀ ਸਮੁੱਚੀ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹੰਗ ਸਿੰਘਾਂ ਨੂੰ ਅਕਾਲ ਦੀ ਫੌਜ ਵੀ ਕਿਹਾ ਜਾਂਦਾ ਅਤੇ ਕਿਉਂ ਕਿਹਾ ਜਾਂਦਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਪਰਮਾਤਮਾ ਕੀ ਮੋਜ ਕਿਉਂਕਿ ਖਾਲਸਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਕਾਲ ਪੁਰਖ ਦੀ ਫੌਜ ਜਿਵੇਂ ਕਿ ਬਾਬਾ ਫਤਿਹ ਸਿੰਘ ਜੀ ਹੋਏ ਨੇ ਜਿਹੜੇ ਮਹਾਂਕਾਲ ਸੀਗੇ ਇਸ ਕਰਕੇ ਖਾਲਸਾ ਪੰਥ ਨੂੰ ਅਕਾਲ ਪੁਰਖ ਦੀ ਫੌਜ ਹੀ ਕਿਹਾ ਜਾਂਦਾ ਹੈ ਜਿਹੜੀ ਕਿ ਤਿਰ ਪਰ ਤਿਆਰ ਜਿਹੜੀ ਹਰ ਵੇਲੇ ਜੰਗ ਯੁੱਧ ਲੜਨ ਲਈ ਵੀ ਤਿਆਰ ਧਰਮ ਰੱਖਿਆ ਕਰਨ ਲਈ ਵੀ ਤਿਆਰ ਗਊ ਗਰੀਬ ਦੀ ਰੱਖਿਆ ਕਰਨ ਲਈ ਵੀ ਉਹ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਿਧਾਂਤਾਂ 'ਤੇ ਚੱਲਦਾ ਆ ਖਾਲਸਾ ਪੰਥ ਉਹੀ ਪਹਿਰਾ ਦੇ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ